ਬਟਾਲਾ ਦੇ ਸਿਵਲ ਹਸਪਤਾਲ ਵਿਖੇ ਚੱਲ ਰਹੇ ਨਸ਼ਾ ਛਡਾਊ ਕੇਂਦਰਾਂ ਵਿੱਚ ਇਲਾਜ ਲਈ ਆਏ ਨੌਜਵਾਨਾਂ ਨੇ ਹਸਪਤਾਲ ਮੈਨੇਜਮੈਂਟ ਵੱਲੋਂ ਦਵਾਈ ਨਾ ਦੇਣ ਦੇ ਰੋਸ ਵਜੋਂ ਧਰਨਾ ਲਾ ਦਿੱਤਾ। ਨੌਜਵਾਨਾਂ ਨੇ ਕਿਹਾ ਕਿ ਸਿਵਲ ਹਸਪਤਾਲ ਵੱਲੋਂ ਉਹਨਾਂ ਨੂੰ ਨਸ਼ਾ ਛੱਡਣ ਦੀ ਦਵਾਈ ਮੁਹੱਈਆ ਨਹੀਂ ਕਰਵਾਈ ਜਾ ਰਹੀ, ਜਿਸ ਕਰਕੇ ਅੱਜ ਉਹਨਾਂ ਨੂੰ ਹਸਪਤਾਲ ਵਿਖੇ ਹੀ ਧਰਨਾ ਦੇਣ ਲਈ ਮਜਬੂਰ ਹੋਣਾ ਪਿਆ ਹੈ। ਉਹਨਾਂ ਕਿਹਾ ਕਿ ਅਸੀਂ ਸਾਰੇ ਨੌਜਵਾਨ ਹਸਪਤਾਲ ਵਿੱਚ ਪਰ ਸੰਬੰਧਿਤ ਡਾਕਟਰ ਉਹਨਾਂ ਨੂੰ ਦੁਬਾਰਾ 4 ਵਜੇ ਆ ਕੇ ਦਵਾਈ ਲੈਣ ਲਈ ਕਹਿ ਰਹੇ ਹਨ, ਜਦਕਿ ਦੂਜੇ ਪਾਸੇ ਪੰਜਾਬ ਸਰਕਾਰ ਵੱਲੋਂ ਲਗਾਤਾਰ ਇਹ ਢੰਡੋਰਾ ਪਿੱਟਿਆ ਜਾ ਰਿਹਾ ਹੈ ਕਿ ਨਸ਼ਾ ਛਡਾਉਣ ਦੇ ਚਾਹਵਾਨ ਸਰਕਾਰੀ ਹਸਪਤਾਲਾਂ ਵਿੱਚ ਬਣੇ ਨਸ਼ਾ ਮੁਕਤੀ ਕੇਂਦਰਾਂ ਵਿੱਚ ਜਾ ਕੇ ਆਪਣਾ ਮੁਫਤ ਇਲਾਜ ਕਰਵਾਉਣ ਅਤੇ ਦਵਾਈ ਪ੍ਰਾਪਤ ਕਰਨ। ਸਰ ਵੀ ਅਸੀਂ ਮੈਡੀਸਨ ਖਾਣ ਆਉਂਦੇ ਇੱਥੇ ਨਸ਼ੇ ਛੱਡਣ ਵਾਸਤੇ, ਸਾਨੂੰ ਪੁਲਿਸ ਵਾਲਿਆਂ ਨੇ ਮਤਲਬ ਕਿ ਮੈਡੀਸਨ ਜਿਹੜੇ ਵੀ ਇੱਥੇ ਫੈਲਾਂ ਭਰਾਈਆਂ ਸਾਡੀਆਂ ਆਪ ਅਤੇ ਫੈਲਾਂ ਭਰਾ ਕੇ ਅਤੇ ਇੱਥੇ ਦਵਾਈ ਖਾਣ ਵਾਸਤੇ ਰੋਜ਼ ਸਾਨੂੰ ਮਤਲਬ ਮੁੰਡੇ ਹੋਰ ਵੀ ਮੈਂ ਲੈ ਕੇ ਆਇਆ ਨਾਲ ਆਪਣੇ ਪਿੰਡ ਤੋਂ ਵੀ 10 ਮੁੰਡੇ ਆ ਜਿਹਨਾਂ ਦੀ ਮੈਂ ਫੈਲਾਂ ਭਰਾਈਆਂ ਨੇ ਇੱਥੇ ਸੇਖਵਾਂ ਪਿੰਡ ਦਾ ਕਾਨਵਾ ਰੋਡ 'ਤੇ, ਸੇਵਾ ਸਿੰਘ ਸੇਖਵਾਂ ਜਿਹੜਾ MLA ਪਿੰਡ ਦਾ। ਅਤੇ ਸਰ ਮੈਂ ਇਹਨਾਂ ਨੂੰ ਵੀ ਦਵਾਈ ਮਿਲਦੀ ਵੀ ਇੱਕ ਦਿਨ ਮਿਲੀ ਖਾਣ ਵਾਸਤੇ, ਉਹ ਤੋਂ ਬਾਅਦ ਕੱਲ੍ਹ ਵੀ ਨਹੀਂ ਮਿਲੀ, ਨਾ ਹੀ ਇਹਨਾਂ ਨੂੰ ਅੱਜ ਮਿਲੀ। ਸਵੇਰੇ 8 ਵਜੇ ਆ ਜਾਓ, ਦਵਾਈ ਜਿਹੜੀ ਹੈ 10 ਵਜੇ ਤੱਕ ਮੁੱਕ ਜਾਂਦੀ ਹੈ ਰੋਜ਼ ਹੀ, ਲਾਈਨ 'ਚ ਲੱਗੇ ਰਹਿ ਜੀਦਾ, ਭੁੱਖੇ ਭਾਣੇ ਸੁੱਖ 'ਤੇ ਘਰੋਂ ਆਪਾਂ ਜੀ ਦਾ ਬਨੇਰੇ ਉੱਠ ਕੇ, ਅਤੇ ਤਾਂ ਵੀ ਮੈਡੀਸਨ ਨਹੀਂ ਮਿਲਦੀ, ਫਿਰ ਅਸੀਂ ਦੱਸੋ ਕੀ ਕਰੀਏ। ਫਿਰ ਇਸੇ ਕਰਕੇ ਆਪਾਂ ਧਰਨਾ ਲਾਇਆ ਰੋਡ ਦੇ ਉੱਪਰ ਆਪਣੇ ਜਲੰਧਰ ਰੋਡ ਜਿਹੜਾ ਵੀ ਆ ਬਾਹਰ ਆਪਣੇ ਹਸਪਤਾਲ ਦੇ ਬਾਹਰ ਚੌਂਕ ਜਿਹੜਾ, ਉੱਥੇ ਆਪਾਂ ਦਵਾਈ ਲੈਣ ਵਾਸਤੇ ਆਏ ਸੀਗੇ ਅਤੇ ਹੋਸਪਿਟਲ 'ਚ ਦਵਾਈ ਘੱਟ ਹੋਣ ਕਰਕੇ ਥੋੜ੍ਹਾ ਪੈਨਿਕ ਹੋ ਗਿਆ। ਇਹਨਾਂ ਜਾ ਕੇ ਅਤੇ ਜਾਮ ਲਾ ਤਾ, ਇਹਨਾਂ ਨੂੰ ਵੀ ਸਮਝਾਇਆ ਅਤੇ ਸਮਝ ਵੀ ਗਏ ਸਾਰੇ ਜਣੇ। ਡਾਕਟਰ ਸਾਹਿਬ ਨਾਲ ਵੀ ਗੱਲ ਕੀਤੀ, ਉਹਨਾਂ ਕਿਹਾ ਵੀ 1 ਵਜੇ ਦਵਾਈ ਪੂਰੀ ਆ ਜਾਣੀ ਹੈ, ਦਵਾਈ 1 ਵਜੇ ਪੂਰੇ ਆ ਜਾਣੀ ਹੈ। 1 ਵਜੇ ਉਹ ਸਾਰਿਆਂ ਨੂੰ ਹਰ ਬੰਦੇ ਨੂੰ ਵੀ ਦਵਾਈ ਦੇ ਕੇ ਅਤੇ ਫਿਰ ਉਹਨਾਂ ਵੀ ਡਿਮਾਂਡ ਲਿਖ ਕੇ ਵੀ ਭੇਜੀ ਉਹਨਾਂ ਨੇ ਵੀ ਜ਼ਿਆਦਾ ਤੋਂ ਜ਼ਿਆਦਾ ਕਿ ਦਵਾਈ ਜਿਹੜੀ ਸਪਲਾਈ ਕੀਤੀ ਜਾਵੇ ਇਹਨਾਂ ਨੂੰ। ਪੰਜਾਬ ਸਰਕਾਰ ਨੇ ਜਿਹੜਾ ਉਪਰਾਲਾ ਕੀਤਾ ਵਾ ਉਹਦਾ ਐਂ ਪੂਰਾ ਅਤੇ ਫਾਇਦਾ ਉਠਾ ਰਹੇ ਆ। ਉੱਧਰ ਦੂਜੇ ਪਾਸੇ ਨਸ਼ਾ ਛਡਾਊ ਕੇਂਦਰ ਦੇ ਇੰਚਾਰਜ ਡਾਕਟਰ ਜਸਕਰਨ ਸਿੰਘ ਨੇ ਗੱਲਬਾਤ ਕਰਦਿਆਂ ਦੱਸਿਆ ਹੈ ਕਿ ਪਹਿਲਾਂ 100 ਮਰੀਜ਼ਾਂ ਦੀ ਨਸ਼ਾ ਮੁਕਤੀ ਕੇਂਦਰ ਵਿੱਚ ਦਵਾਈ ਆਉਂਦੀ ਸੀ ਅਤੇ ਹੁਣ ਮਰੀਜ਼ਾਂ ਦੀ ਗਿਣਤੀ 350 ਤੱਕ ਪਹੁੰਚ ਗਈ ਹੈ, ਪਰ ਫਿਰ ਵੀ ਉਹਨਾਂ ਕੋਲ ਦਵਾਈ ਕਾਫੀ ਮਾਤਰਾ ਵਿੱਚ ਮੌਜੂਦ ਹੈ। ਉਹਨਾਂ ਕਿਹਾ ਕਿ ਦਵਾਈ ਪਹਿਲਾਂ ਪ੍ਰਾਪਤ ਕਰਨ ਲਈ ਨੌਜਵਾਨ ਇਹ ਸਥਿਤੀ ਪੈਦਾ ਕਰ ਰਹੇ ਹਨ। ਨਹੀਂ, ਇਸ ਤਰ੍ਹਾਂ ਦੀ ਤਾਂ ਵੈਸੇ ਕੋਈ ਗੱਲ ਨਹੀਂ। ਚਲੋ ਕੁਛ ਲੋਕ ਵਿੱਚ ਹੁੰਦੇ ਜਿਹੜੇ ਜ਼ਿਆਦਾ ਪੈਨਿਕ ਹੋ ਜਾਂਦੇ ਆ, ਜਲਦੀ ਨੂੰ ਪੈਂਦੇ ਆ ਕਿ ਸਾਨੂੰ ਜਲਦੀ ਜਲਦੀ ਡੀਲ ਕੀਤਾ ਜਾਏ ਜਾਂ ਪ੍ਰੈਫਰੈਂਸ ਦੇ ਤੌਰ 'ਤੇ। ਇੱਥੇ ਤਾਂ ਇਹੀ ਆ, ਫਸਟ ਕਮ ਫਸਟ ਸਰਵ, ਜਿਹੜਾ ਵੀ ਬੰਦਾ ਪਹਿਲਾਂ ਆਉਂਦਾ ਉਹਨੂੰ ਅਸੀਂ ਲਾਈਨ 'ਚ ਬਿਲਕੁਲ ਲੱਗ ਕੇ ਮੈਡੀਸਨ ਦੇ ਰਹੇ ਹਾਂ। ਥੋੜ੍ਹਾ ਜਿਹਾ ਇਹ ਹੋਇਆ ਸੀਗਾ ਅੱਜ ਕਿ ਸਟੋਕ ਜਿਹੜਾ ਸਾਡਾ, ਅਸੀਂ ਪਹਿਲਾਂ ਵੀ ਭੇਜਿਆ ਹੋਇਆ ਕਾਫੀ ਦਿਨ ਪਹਿਲਾਂ, 10-15 ਦਿਨ ਪਹਿਲਾਂ ਵੀ ਡਿਮਾਂਡ ਭੇਜੀ ਹੋਈ ਹੈ, ਜਦਕਿ ਜਿੱਦਾਂ ਉਹ ਹੁਣ ਜਦੋਂ ਸਟੋਕ ਸਾਡੇ ਕੋਲ ਅਵੇਲੇਬਲ ਹੋਊਗਾ ਉਸ ਹਿਸਾਬ ਨਾਲ ਅਸੀਂ ਅੱਗੇ ਪੇਸ਼ੈਂਟ ਨੂੰ ਮੈਡੀਸਨ ਜਾਂ ਸਾਡੇ ਫਾਰਮਾਸਿਸਟ ਵਗੈਰਾ ਡਿਸਪੈਂਸ ਕਰਦੇ। ਹੁਣ ਵੀ ਸਾਡੇ ਬੰਦੇ ਮੋਰਨਿੰਗ ਦੇ ਗਏ ਹੋਏ ਅੱਜ, ਔਰ ਮੇਰੇ ਹਿਸਾਬ ਨਾਲ ਔਰ ਅੱਧੇ ਘੰਟੇ 'ਚ ਮੈਡੀਸਨ ਮਿਲ ਜਾਏਗੀ ਉਹਨਾਂ ਨੂੰ, ਇਸ ਤਰ੍ਹਾਂ ਦੀ ਕੋਈ ਗੱਲ ਨਹੀਂ। ਅਵੇਲੇਬਿਲਟੀ ਹੈ, 15 ਕੁ ਦਿਨ ਪਹਿਲਾਂ ਦੇਖੀਏ ਤਾਂ ਪੇਸ਼ੈਂਟ ਕੋਈ 100 ਦੇ ਕਰੀਬ ਸੀ, ਹੁਣ 350 ਪੇਸ਼ੈਂਟ ਜਿਹੜਾ ਨਾਲ ਡੇਲੀ ਸਾਡੇ ਕੋਲ ਰਜਿਸਟਰ ਹੋ ਗਿਆ ਹੁਣ ਟਿਲ ਡੇਟ, ਔਰ ਡੇਲੀ ਦੇ ਪੇਸ਼ੈਂਟ ਕੋਈ 200 ਦੇ ਕਰੀਬ ਜਿਹੜੇ ਇੱਥੇ ਆ ਕੇ ਮੈਡੀਸਨ ਲੈ ਹੀ ਰਹੇ ਆ। ਕਈ ਵੀ ਇਸ ਤਰ੍ਹਾਂ ਦੇ ਪੇਸ਼ੈਂਟ ਵੀ ਖੁਦ ਆਏ, ਕਹਿੰਦੇ ਡਾਕਟਰ ਸਾਹਿਬ ਸਾਡੀ ਦਵਾਈ ਵੀ ਘਟਾਈ ਜਾਏ, ਅਸੀਂ ਠੀਕ ਹਾਂ ਬਿਲਕੁਲ, ਕਾਫੀ ਵਧੀਆ ਰਿਸਪੋਂਸ ਆ ਵਧੀਆ। ਹਾਂ, ਜਿਹੜੇ ਬੰਦੇ ਤੇ ਆਪਣਾ ਮਨ ਜਿਨ੍ਹਾਂ ਨੇ ਬਣਾਇਆ ਉਹਨਾਂ ਨੂੰ ਤੇ ਗੁੱਡ ਰਿਸਪੋਂਸ ਮਿਲਿਆ ਹੀ ਹੈ। ਬਟਾਲਾ ਤੋਂ ਸੁਖਬੀਰ ਸਿੰਘ ਦੀ ਰਿਪੋਰਟ, ਪੰਜ ਅਪ ਟੂਡੇ।